ਮੇਰੇ ਸਾਰੇ ਬਜ਼ੁਰਗੋ, ਮਾਤਾਓ, ਭੈਣੋ ਤੇ ਯੁਵਾ ਸਾਥੀਓ ਦੇ ਬੱਚੇ ਤੇ ਬੱਚੀਆਂ, ਤੁਹਾਡਾ ਸਾਰਿਆਂ ਦਾ ਇੱਥੇ ਹਾਰਦਿਕ ਅਭਿਨੰਦਨ ਹੈ, ਸਵਾਗਤ ਹੈ। ਸਾਰੇ ਕੋਲਾਂ ਪਹਿਲੇ ਬੜੇ ਸਾਰੇ ਵਕਤਾਂ ਨੇ ਆਪਣੇ ਆਪਣੇ ਤਰੀਕੇ ਕਰਕੇ ਗੱਲ ਰੱਖੀ ਹੈ। ਅੱਜ ਚੁਣਾਵ ਦਾ ਸਮੇਂ ਹੈ, ਸਾਰੇ ਪਤਾ ਹੈ ਕਿ ਸਾਰੇ ਕਹਿੰਦੇ ਕਿਸ ਤਰੀਕੇ ਦਾ ਸਾਡੇ 35 ਵਾਲੇ ਦਿਨ ਦੇ ਬਾਅਦ। ਲੇਕਿਨ ਸਾਡੀ ਮਾਤਾਏ, ਭੈਣੇ, ਬਜ਼ੁਰਗ, ਯੁਵਾ ਸਾਥੀਆਂ ਇੱਕ ਸੰਕਲਪ ਲਿਆ, ਉਹਨਾਂ ਆਖਿਆ ਪਾਰਟੀ ਕੋਈ ਪੋਲੀਟੀਕਲ ਤਿਆਰ ਨਹੀਂ ਸਕਦੀ, ਪਾਰਟੀ ਕੋਈ ਰਾਜਨੀਤੀ ਦਾ ਤਿਆਰ ਨਹੀਂ ਸਕਦੀ, ਲੇਕਿਨ ਸਾਰੇ ਸਾਰੇ ਬੰਦੇ ਤੁਹਾਡੀ ਰਾਜਨੀਤੀ ਦਾ ਤਿਆਰ ਨਹੀਂ, ਰਾਜਨੀਤੀ ਤੌਰ ਪਰ ਤੁਹਾਡਾ ਪੂਰਾ ਸ਼ਰਮ ਦੇਣਾ ਪਿਆ ਸਰ ਸਾਰੇ। ਸਾਡੀਆਂ ਭੈਣਾਂ, ਸਾਡੇ ਬਜ਼ੁਰਗ, ਸਾਡੇ ਯੁਵਾ ਸਾਥੀ,
ਲੇਕਿਨ ਚੁੱਪ ਅਸਲ ਫਿਰ ਆਖੇ ਰੁਕੋ ਅਸਲ ਕਿਹਾ ਅਸਲ ਪਾਰਟੀ ਨੇ ਸੁਨੇਹਾ ਲਾਇਆ ਪਾਰਟੀ ਨੇ ਕਿਹਾ ਤੁਸੀਂ ਅਸਲ ਟਿਕਟ ਬਣਦੇ ਹੋ ਅੱਜ ਸੁਰੱਖੀ ਨਹੀਂ ਆ ਅੱਜ ਚੁਣਾਵ ਨਹੀਂ ਲੜਨਾ ਚਾਹੁੰਦੇ ਤੋ ਸਾਰੀਆਂ ਹਜ਼ਾਰਾਂ ਮਾਤਾ ਭੈਣਾਂ ਜਿਹੜਾ ਪਾਰਟੀ ਦਾ ਕੰਮ ਕਰੇ ਕਰਦੀਆਂ ਸਾਰੇ ਬਜ਼ੁਰਗ ਜਿਹੜੇ ਕਈ ਸਾਲਾਂ ਤੋਂ ਪਾਰਟੀ ਦੀ ਸੇਵਾ ਕਰੇ ਕਰਦੇ ਸਾਰੇ ਯੁਵਾ ਸਾਥੀ ਮੈਂ ਤੁਹਾਡੇ ਅੱਗੇ ਨਿਵੇਦਨ ਕਰਨ ਆਇਆ ਇਹ ਜਿਹੜਾ ਜਨ ਸਨਮਾਨ ਹੈ ਇਹ ਜਿਹੜਾ
ਵਿਅਕਤੀ ਬਾਰੇ ਮੈਂ ਪਾਰਟੀ ਦੇ ਝੰਡੇ ਦੀ ਵਿਰੋਧ ਕੀਤਾ, ਆਪਣੇ ਪਾਰਟੀ ਦੇ ਧਵਜ ਦੀ ਵਿਰੋਧ ਕੀਤਾ। ਲੇਕਿਨ ਜਿਸਲੇ ਅਸੀਂ ਆਪਣਾ ਯਾਦ ਫਾਰਮ ਭਰਿਆ, ਮੈਂ ਸਵੇਰੇ 6 ਵਜੇ ਪੂਰਾ ਪ੍ਰਯਾਸ ਕੀਤਾ ਕਿ ਮੈਂ ਆਪਣੇ ਸ਼ਬਦ ਦੇ ਉੱਪਰ ਪਾਰਟੀ ਦਾ ਝੰਡਾ ਲਵਾਉਣਾ। ਲੇਕਿਨ ਉਧਰ ਉਧਰ ਨਹੀਂ ਗਿਆ, ਥੋੜਾ ਇਸ ਪਾਸੇ ਕੋਈ ਹੋਈ ਉਧਰ ਸਾਡਾ ਅਨੁਭਵ ਆ ਗਿਆ ਅੱਠ ਤਰੀਕ।